ਪੋਰੀਆ ਚੰਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲ ਕਰਨ ਲੱਗੇ ਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੜੀਆਂ ਝੂਠੀਆਂ ਸੌਹਾਂ ਖਾਧੀਆਂ ਗਈਆਂ ਉਹਨਾਂ ਦਾ ਕੀ ਬਣਿਆ ਅਮਰਿੰਦਰ ਸਿੰਘ ਵੱਲੋਂ ਪਹਿਲੀ ਜਿਹੜੀ ਝੂਠੀ ਸੌਂ ਖਾਦੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰ ਦਿਆਂਗਾ ਨਸ਼ਿਆਂ ਦਾ ਹਾਲਮ ਇਹ ਹੈ ਕਿ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ 4-4 ਰਿਪੋਰਟਾਂ ਜਿਹੜੀਆਂ ਆਈਆਂ ਸੀ ਉਹ ਅਜੇ ਵੀ ਪੈਂਡਿੰਗ ਨੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿਵਾਈ ਇੱਕ ਗੁਰਦੀਪ ਰਾਣੋ ਵਾਲਾ ਜਿਹੜਾ ਕਿ 5.5 ਕਿਲੋ ਤੋਂ ਉੱਪਰ ਹੈਰੋਨ ਦੇ ਨਾਲ ਫੜਿਆ ਗਿਆ ਸੀ ਜਿਹਦੇ ਕੋਲ ਲਗਜ਼ਰੀ ਗੱਡੀਆਂ ਫੜੀਆਂ ਗਈਆਂ ਸੀ ਉਹਦੀ ਜਿਹੜੀ ਰਿਪੋਰਟ ਸੀ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਦਬਾ ਕੇ ਰੱਖੀ ਹੋਈ ਹੈ ਜਿਹੜੇ ਆਪਣੇ ਪੁਲਿਸ ਦੇ ਅਧਿਕਾਰੀ ਨੇ ਪੰਜ ਸਿਰਫ ਸਸਪੈਂਡ ਕੀਤੇ ਆ ਇਸ ਤੋਂ ਇਲਾਵਾ ਉਹਨੇ ਹੋਰ ਕੁਝ ਨਹੀਂ ਕੀਤਾ ਜਿਹੜੇ ਰਾਜਨੀਤਾਵਾਂ ਦੇ ਐਸਆਈਟੀ ਨੇ ਨੌ ਲਏ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਤੱਕ ਸਾਹਮਣੇ ਨਹੀਂ ਲਿਆਂਦੇ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਗੁਰਦੀਪ ਰਾਣੋ ਆ ਉਹ ਲੁਧਿਆਣਾ ਜੇਲ੍ਹ ਦੇ ਵਿੱਚ ਐਸ਼ਾ ਕਰ ਰਿਹਾ ਗੁਰਦੀਪ ਰਾਣੋ ਲੁਧਿਆਣਾ ਜੇਲ੍ਹ ਦੇ ਵਿੱਚ ਨਸ਼ਾ ਮੀਟ ਸ਼ਰਾਬ ਹਰ ਚੀਜ਼ ਉੱਥੇ ਉਹਨੂੰ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਆ ਸ਼ਰਿਆਂ ਮੁੱਥੇ ਮੋਬਾਈਲ ਵਰਤਦਾ ਕੱਲ ਇਸ ਗੱਲ ਦਾ ਸਬੂਤ ਆ ਕਿ ਉੱਥੇ ਕਰਨ ਔਜਲਾ ਆਪਣੇ ਸਾਥੀਆਂ ਸਮੇਤ ਜਾਂਦਾ ਤੇ ਜਾ ਕੇ ਗੁਰਦੀਪ ਰਾਣੋ ਦੇ ਨਾਲ ਬੈਠ ਕੇ ਨਾਲ ਜਿਹੜਾ ਸੁਪਰਡੈਂਟਾ ਜੇਲ੍ਹ ਸੁਪਰਡੈਂਟ ਸਾਰੇ ਜਾਣੇ ਰਲ ਕੇ ਇਕੱਠੇ ਬੈਠ ਕੇ ਮੀਟ ਮੁਰਗਾ ਛਕਦੇ ਆ ਉੱਥੇ ਸ਼ਰਾਬਾਂ ਦੇ ਦੌਰ ਚੱਲਦੇ ਆ ਠਾਣਿਆਂ ਦੇ ਵਿੱਚ ਜੇਲਾਂ ਦੇ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਜਵਾਬ ਦੇਣਾ ਪਊਗਾ ਕਿ ਜਿਹੜਾਂ ਦੇ ਵਿੱਚ ਕਰਨ ਔਜਲਾ ਜਿਹੜਾ ਕਿ ਅਕਸਰ ਗੁਰਦੀਪ ਪ੍ਰਾਣੋਂ ਦੇ ਘਰ ਆਉਂਦਾ ਸੀ ਉਹ ਉਥੇ ਕੀ ਕਰਨ ਗਿਆ ਸੀ ਉਹ ਉਥੇ ਪਾਰਟੀ ਕਰਨ ਗਿਆ ਸੀ ਉਥੇ ਉਹਨੂੰ ਨਸ਼ਾ ਦੇਣ ਗਿਆ ਸੀ ਜਿੰਨਾ ਚਿਰ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਕੈਪਟਨ ਅਮਰਿੰਦਰ ਤੂੰ ਇਸ ਗੱਲ ਤੋਂ ਬਚ ਨਹੀਂ ਸਕਦਾ ਨਾ ਭੱਜ ਸਕਦਾ ਤੇ ਜਿਹੜੇ ਇੱਥੇ ਤੇਰੇ ਗੁੰਡੇ ਪਾਲੇ ਹੋਏ ਜਿਹੜੇ ਤੇਰੇ ਐਮਐਲਏ ਜਿਹੜੇ ਇੱਥੇ ਹਲਕੇ ਦੇ ਐਮਪੀ ਜਿਹੜੇ ਉਹ ਗੁਰਦੀਪ ਰਾਣੋ ਦੇ ਨਾਲ ਰਲੇ ਹੋਏ ਸੀ ਜਿੰਨਾ ਚਿਰ ਉਹ ਸਾਹਮਣੇ ਨਹੀਂ ਆਉਣਗੇ ਲੋਕ ਤੁਹਾਡੇ ਤੋਂ ਜਵਾਬ ਪੁੱਛਣਗੇ ਇਹਦੇ ਤੋਂ ਇਲਾਵਾ ਇੱਕ ਤੂੰ ਹੋਰ ਸੌ ਖਾਦੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਝੂਠੀ ਸੌ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਬਹਿਬਲ ਕਲਾਂ ਗੋਲੀकांड ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗਾ ਕੈਪਟਨ ਅਮਰਿੰਦਰ ਸਿੰਘ ਤੇਰੇ ਵੱਲੋਂ ਇੱਕ ਵੈਸੇ ਹੀ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਪਰ ਕੋਵਰ ਵਿਜੇ ਪ੍ਰਤਾਪ ਸਿੰਘ ਨੂੰ ਸਲੂਟ ਕਰਦੇ ਆ ਕਿ ਚੰਗੇ ਅਫਸਰ ਨੂੰ ਜਿਹਨੇ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਤੇ ਸੁਖਵੀਰ ਬਾਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ ਤੁਸੀਂ ਦੋਹਾਂ ਨੇ ਥੋੜੀ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਕੈਪਟਨ ਅਮਰਿੰਦਰ ਤੂੰ ਆਪਣੇ ਕਿਸੇ ਵਕੀਲ ਨੂੰ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਵਿਰੋਧ ਕਰਨ ਤੋਂ ਵਰਜਿਆ ਤੇ ਉਹਨਾਂ ਨੇ ਬੜੇ ਆਸਾਨੀ ਦੇ ਨਾਲ ਉਹ ਜਿਹੜੀ ਐਸਆਈਟੀ ਦੀ ਰਿਪੋਰਟ ਕੁਵਰ ਵਿਜੇ ਪ੍ਰਤਾਪ ਜੀ ਨੇ ਬਣਾਈ ਸੀ ਬੜੀ ਆਸਾਨੀ ਦੇ ਨਾਲ ਉਹ ਤੁਸੀਂ ਰੱਦ ਕਰਾ ਕੇ ਇੱਕ ਨਵੀਂ ਐਸਆਈਟੀ ਦੀ ਗਠਨ ਕੀਤਾ ਦੋਨਾਂ ਜਿਹੜੀਆਂ ਤੂੰ ਸੌਹਾ ਖਾਧੀਆਂ ਸੀ ਕੈਪਟਨ ਅਮਰਿੰਦਰ ਸਿੰਘ ਅੱਜ ਮੁੱਕਰਿਆ ਵੀ ਆ ਤੇ ਭੱਜਿਆ ਵੀ ਆ ਲੋਕ ਇਸ ਤੋਂ 2022 ਦੇ ਵਿੱਚ ਜਵਾਬ ਪੁੱਛਣਗੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਝੁੱਠੀ ਸੌ ਨਸ਼ਿਆਂ ਨੂੰ ਖਤਮ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਝੁੱਠੀ ਸੌ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਦਬੀ ਦੇ ਦੋਸ਼ੀ ਉਹਨਾਂ ਨੂੰ ਫੜਨ ਦੀ ਅੱਜ ਕੈਪਟਨ ਅਮਰਿੰਦਰ ਸਿੰਘ ਦੁਨੀਆ ਦਾ ਇੱਕ ਨੰਬਰ ਦਾ ਝੂਠਾ ਸਾਬਤ ਹੋ ਰਿਹਾ ਔਰ ਜਿਹੜਾ ਸੁਖਵੀਰ ਬਾਦਲਣ ਪਾਰਟੀ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਨ੍ਹਾਂ ਨੇ ਬਦਬੀ ਕਰਾਈ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਅੱਜ ਉਹ ਦੰਦ ਲਾਉਂਦੇ ਘੁੰਮਦੇ ਫਿਰਦੇ ਆਏ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤਾਂ ਸੋ ਪੰਜਾਬੀਓ ਤੁਹਾਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਚੜਾ ਪਟਕੇ ਰੱਖਦੇ ਆਂਗੇ ਇਹ ਗੰਦੇ ਸਿਸਟਮ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ